ਓਏ ਅਮਰ ਆਏ ਹੋ ਤੂੰ ਕਿੰਨਾ ਮੇਰਾ ਨਾਂ ਹੀ ਬੜਾ ਚੱਲਦਾ ਤੂੰ ਤੇ ਕੱਜੀ ਜਾ ਇੱਥੇ ਛੱਡ ਗਿਆ ਜਾ ਤੂੰ ਆਏ ਹੋ ਵੱਡੀ ਜਗਤ ਨੂੰ ਕਦੇ ਘਾਟਾ ਨਾ ਪੂਰਾ ਹੋਣ ਵਾਲੀ ਜਿਹੜੀ ਘਟਨਾ ਵਾਪਰਦੀ ਹੈ ਗੁਰਦਾਸਪੁਰ ਨਾਲ ਸੰਬੰਧਿਤ ਅਮਰਪ੍ਰੀਤ ਸਿੰਘ ਜੋ ਕਬੱਡੀ ਦਾ ਰੇਡਰ ਮੰਨਿਆ ਜਾਂਦਾ ਸੀ ਕਬੱਡੀ ਖੇਡ ਦੇ ਵਿੱਚ ਉਸ ਦੀ ਕੱਲ੍ਹ ਖੇਡ ਮੈਦਾਨ ਦੇ ਵਿੱਚ ਮੌਤ ਹੋ ਜਾਂਦੀ ਹੈ ਦੁਰਘਟਨਾ ਦੇ ਦੌਰਾਨ ਅਤੇ ਇਲਾਜ ਲਈ ਹਸਪਤਾਲ ਲੈ ਕੇ ਜਾਂਦੇ ਨੇ ਅਤੇ ਰਸਤੇ ਦੇ ਵਿੱਚ ਦਮ ਤੋੜ ਜਾਂਦਾ ਸੋ ਘਰ ਦੇ ਵਿੱਚ ਪਹੁੰਚੇ ਸੀ ਘਰ ਦੇ ਹਾਲਾਤ ਵੀ ਆਪਣੇ ਦਰਸ਼ਕਾਂ ਨੂੰ ਨਾਲ ਦੀ ਨਾਲ ਦਿਖਾਵਾਂਗੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇੱਕ ਸਾਂਝੇ ਤੌਰ ਦੇ ਉੱਤੇ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਵਾ ਅਤੇ ਉੱਥੇ ਸਾਰੇ ਰਿਸ਼ਤੇਦਾਰ ਅਤੇ ਜੋ ਵੀ ਸੱਜਣ ਮਿੱਤਰ ਨੇ ਜੋ ਕਬੱਡੀ ਖੇਡਦੇ ਸੀ ਉਹ ਸਾਰੇ ਇੱਥੇ ਪਹੁੰਚਣਗੇ ਉਸਦੇ ਅੰਤਿਮ ਸੰਸਕਾਰ ਅੰਤਿਮ ਦਰਸ਼ਨਾਂ ਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਿੱਛੇ ਆਪਣੇ ਬਾਪ ਅਤੇ ਆਪਣੀ ਮਾਂ ਅਤੇ ਆਪਣੀ ਘਰਵਾਲੀ ਨੂੰ ਛੱਡ ਗਿਆ ਵਾ ਅਮਰਪ੍ਰੀਤ ਸਿੰਘ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਜ਼ਰੀਏ ਕਿ ਪਿੰਡ ਦੇ ਵਿੱਚ ਕਿਸ ਤਰ੍ਹਾਂ ਸ਼ੋਕ ਦੀ ਲਹਿਰ ਅਤੇ ਗਮਗੀਨ ਮਾਹੌਲ ਬਣਿਆ ਹੋਇਆ ਵਾ ਸੋ ਆਪਣੇ ਪਿੱਛੇ ਆਪਣੀ ਘਰਵਾਲੀ ਨੂੰ ਡੇਢ ਸਾਲ ਪਹਿਲਾਂ ਉਸਦਾ ਨੌਜਵਾਨ ਦਾ ਅਮਰਪ੍ਰੀਤ ਦਾ ਵਿਆਹ ਹੁੰਦਾ ਵਾ ਤਾਂ ਆਪਣੀ ਘਰਵਾਲੀ ਨੂੰ ਅਤੇ ਆਪਣੇ ਮਾਂ ਬਾਪ ਨੂੰ ਇਸੇ ਤਰ੍ਹਾਂ ਲਾਪ ਕਰਦਿਆਂ ਛੱਡ ਜਾਂਦਾ ਵਾ ਨੌਜਵਾਨ ਅਮਰਪ੍ਰੀਤ ਸਿੰਘ ਜਿਸ ਦੀ ਖੇਡ ਦੌਰਾਨ ਦੁਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਹਸਪਤਾਲ ਜਾਂਦੇ ਜਾਂਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਘਰਦਿਆਂ ਦਾ ਇਕਲੌਤਾ ਪੁੱਤ ਇੱਕ ਭੈਣ ਆ ਜਿਹੜੀ ਵਿਦੇਸ਼ ਰਹਿੰਦੀ ਹੈ ਸੋ ਕਿਤੇ ਨਾ ਕਿਤੇ ਜ਼ਰੂਰ ਉਸ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਗੱਲਬਾਤ ਕਰਨ ਦੇ ਹਾਲਾਤ 'ਚ ਨਹੀਂ ਹੈਗੇ ਪਰ ਜ਼ਰੂਰ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਪਰ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਅਸੀਂ ਇੱਕ ਵਾਰ ਦਿਖਾ ਦਈਏ ਕਿ ਇੱਕ ਹੀਰਾ ਨੌਜਵਾਨ ਜਿਹੜਾ ਸੀ ਗੁਰਦਾਸਪੁਰ ਜ਼ਿਲ੍ਹੇ ਦਾ ਉਹ ਚਲਾ ਜਾਂਦਾ ਇੱਕ ਪਰਿਵਾਰ ਨੂੰ ਪਿੰਡ ਨੂੰ ਪੂਰੇ ਪੰਜਾਬ ਨੂੰ ਸੂਬੇ ਨੂੰ ਇੱਕ ਵਿਛੋੜਾ ਦੇ ਕੇ ਚਲਾ ਜਾਂਦਾ ਉਸਦੀ ਮੌਤ ਹੋ ਜਾਂਦੀ ਆ ਭਾਈ ਸ਼ਹੀਦ ਊਧਮ ਸਿੰਘ ਜੱਕੋਪੁਰ ਸਟੇਡੀਅਮ ਦੇ ਵਿੱਚ ਖੇਡਦਿਆਂ ਸੋ ਜਦੋਂ ਮੌਤ ਹੁੰਦੀ ਹੈ ਤਾਂ ਉਸੇ ਟਾਈਮ ਟੂਰਨਾਮੈਂਟ ਜਿਹੜਾ ਵਾ ਪੂਰੇ ਦਾ ਪੂਰਾ ਰੱਦ ਕਰ ਦਿੱਤਾ ਜਾਂਦਾ ਵਾ ਟੂਰਨਾਮੈਂਟ ਰੱਦ ਕੀਤਾ ਜਾਂਦਾ ਵਾ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਇਸ ਤਰ੍ਹਾਂ ਕੀ ਹਾਦਸਾ ਵਾਪਰਦਾ ਬੱਚਾ ਬਾਈ ਨੌਜਵਾਨ ਸੀ ਪਿੰਡ ਦਾ ਬੱਚਾ ਇੱਥੋਂ ਬਿਲਕੁਲ ਠੀਕ ਠਾਕ ਮੈਚ ਖੇਡਣ ਗਿਆ ਉਹ ਅਤੇ ਕੋਈ ਗੱਲਬਾਤ ਹੀ ਨਹੀਂ ਇਹੋ ਜਿਹੀ ਵੀ ਕੋਈ ਅਸੀਂ ਘਰ ਮੈਚ ਵੇਖਣ ਡੇ ਹਾਂ ਜੋ ਮੈਚ ਖੇਡਣ ਡੇ ਆ ਅਤੇ ਆਪਣੇ ਮੈਚ ਮੈਂ ਤਾਂ ਜਦੋਂ ਇਹ ਆਪਸ ਵਿੱਚ ਹੀ ਦੋਵੇਂ ਖਿਡਾਰੀ ਇੱਕ ਦੂਜੇ ਨਾਲ ਭਿੜੇ ਆ ਜਦੋਂ ਅਤੇ ਉਦੋਂ ਹੀ ਉਹਨੇ ਜ਼ੋਰ ਨਾਲ ਆਪਣਾ ਡਿੱਗਾ ਵਾ ਅਤੇ ਇਹੋ ਧੌਣ ਦੀ ਥੱਲੇ ਵੱਜੀ ਆ ਲੰਮਾਉਰੀ ਅਤੇ ਉੱਥੇ ਉੱਤੋਂ ਫਿਰ ਉੱਠ ਪਿਆ ਵਾ ਕੋਈ ਇਹੋ ਜਿਹੀ ਗੱਲ ਹੀ ਨਹੀਂ ਅਤੇ ਬਾਅਦ 'ਚ ਇਹਦੀ ਤਸਵੀਰ ਨਹੀਂ ਵਿਖਾਈ ਅਤੇ ਮੈਂ ਸੋਚਣ ਡਿਆ ਵਾਂ ਵੀ ਸੱਟ ਲੱਗ ਗਈ ਆ ਅਤੇ ਫੋਨ ਕਰਾਂ ਕਿਸੇ ਨੂੰ ਅਤੇ ਮੈਂ ਇੱਥੇ ਇਲਾਕੇ ਦੇ ਮੁੰਡਿਆਂ ਨੂੰ ਫੋਨ ਕੀਤੇ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪੂਰਾ ਹੋ ਗਿਆ ਵਾ ਅਤੇ ਉਹਨਾਂ ਪਹਿਲਾਂ ਤਾਂ ਸਾਨੂੰ ਦੱਸਿਆ ਨਾ ਕੋਈ ਗੱਲ ਨਹੀਂ ਕੋਈ ਨਹੀਂ ਅਸੀਂ ਡਏ ਡਏ ਹਾਂ ਅਤੇ ਬਾਅਦ 'ਚ ਹੋਈ ਨਾ ਫਿਰ ਇੱਕ ਮੁੰਡੇ ਨੇ ਫੋਨ ਕੀਤਾ ਵੀ ਬਾਬਾ ਜੀ ਆਹ ਗੱਲ ਹੋ ਗਈ ਹੈ ਅਤੇ ਫਿਰ ਤਾਂ ਤੁਹਾਨੂੰ ਪਤਾ ਰੱਬ ਦਾ ਭਾਣਾ ਹੈ ਅਤੇ ਕੀਤਾ ਤਾਂ ਮਹਾਰਾਜ ਨੇ ਬਹੁਤ ਜ਼ਿਆਦਾ ਹੀ ਧੱਕਾ ਵਾ ਹੁਣ ਘਰ ਕੁਛ ਨਹੀਂ ਛੱਡਦੇ ਬਿਲਕੁਲ ਮਾਂ ਬਾਪ ਬਜ਼ੁਰਗ ਤੁਸੀਂ ਵੀ ਬਜ਼ੁਰਗ ਹੋ ਕੰਮ ਕਰਨ ਦੀ ਵਿਵਸਥਾ ਵੀ ਨਹੀਂ ਇਕਲੌਤਾ ਪੁੱਤ ਸੀ ਹਾਂ ਇੱਕੋ ਇਹਦੇ ਸਿਰ 'ਤੇ ਅਸੀਂ ਰੋਟੀ ਖਾਣ ਡੇ ਹਾਂ ਸਾਡੀ ਨਾ ਕੋਈ ਏਡੀ ਜਾਇਦਾਦ ਨਾ ਕੋਈ ਏਡੇ ਅਮੀਰ ਖਤਮ ਹੋ ਗਿਆ ਬਹੁਤ ਔਖੇ ਹੋ ਗਏ ਪਾਲਿਆ ਅਸੀਂ ਬੜੀ ਜ਼ਿਆਦਾ ਹੀ ਆਪਣੇ ਕੀ ਕਹਿੰਦੇ ਹੁੰਦੇ ਵੀ ਤੰਗੀ ਕੱਟ ਕੱਟ ਕੇ ਪਾਲਿਆ ਪਰ ਆਹ ਜਿਹੜਾ ਕੰਮ ਹੋ ਗਿਆ ਸੋਚਿਆ ਨਹੀਂ ਕਦੇ ਇਹ ਸਾਨੂੰ ਅਜੇ ਵੀ ਸੱਚ ਨਹੀਂ ਆਉਂਦਾ ਵੀ ਯਾਰ ਨਾ ਕੰਮ ਹੋ ਗਿਆ ਹੋਊਗਾ ਸ਼ੇਰ ਜੀ ਦਾ ਪੁੱਤ ਮੇਰਾ ਮਰਨ ਵਾਲਾ ਸੀ ਸਾਡੇ ਨਾਲ ਧੱਕਾ ਹੋ ਗਿਆ ਬਹੁਤ ਜ਼ਿਆਦਾ ਭਾਜੀ ਸਾਨੂੰ ਕੁਛ ਨਹੀਂ ਆਉਂਦੀ ਜੋ ਜੀ ਕੁਛ ਕੁ ਫਾਦਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਸਰਕਾਰਾਂ ਕੋਲ ਅਸੀਂ ਮੰਗ ਕੀ ਕਰਨੀ ਹੈ ਪਰਮਾਤਮਾ ਕੋਲ ਮੰਗ ਕਰਾਂਗੇ ਹੋਰ ਵੀ ਪਿੰਡ ਦੇ ਲੋਕ ਨੇ ਗੱਲਬਾਤ ਜ਼ਰੂਰ ਕਰ ਲੈਂਦੇ ਹਾਂ ਭਾਜੀ ਅਮਰਪ੍ਰੀਤ
चला जाता वा कदे घाटा नहीं खेड नूं भी पूरा हैगा कबड्डी खेड कदों दा खेडदा सी दस दिओ वेखो जी अमरप्रीत नूं 10 साल हो गए आ खेडदिआं नूं जिहड़ा नैशनल लैवल ते खेडिआ सी हुण इंटरनैशनल लैवल ते भी इहनां ने बाहर थोड़े चिर बाद न्यूजीलैंड भी जाणा सीगा पर इह बहुत दुखदाई खबर जिहड़ी सानूं कल मिली आ कि खेडदिआं खेडदिआं ही इक खिडारी जिहड़ा इस तरह हो जाणा मापिआं नूं इस गल दा जिहड़ा बहुत घाटा जिते मापिआं नूं घाटा क्योंकि घाट कदी भी पूरी नहीं हो सकती उत्थे परिवार नूं उत्थे पिंड वासियां नूं इस गल दा बहुत घाटा ते पूरे पंजाब नूं इस गल दा घाटा क्योंकि खिडारी जिहड़े आ एडी छेती पैदा नहीं हुंदे खिडारी नूं पालण वास्ते बहुत जिहड़ी मशक्कत करनी पैंदी है बहुत घालणा घालणी पैंदी है क्योंकि अजकल वेखो नशिआं दा दौर चलण डिआ इह समें दे विचों उठ के इह पासे लगणा पर मापिआं ने बहुत जदोजहद कीती इहनां बहुत खाण पीण वालों कदी भी कदी तोड़ नहीं आउंदी भावें घर विच गरीबी रही आ पर इहनूं रीझां दे नाल बच्चे नूं जिहड़ा उहनां ने पालिआ बिल्कुल अपने पिछे बच्चे माँ बाप छड़ गया बुजुर्ग घर वाली है डेढ़ साल ब्याह नूं होया दस्सिआ हाँ जी हाँ जी क्योंकि थोड़े चिर साल डेढ़ साल ही होया ब्याह नूं पर इहनां थोड़े समय तक हुण इहनां जुके बाहर भी जाणा सीगा ते उहदी वी इहनां दी तैयारी जिहड़ी आ उह चल रही सी कि चलो बाहर जाणा वा मन विच आस वी हुंदी आ चाह वी हुंदा वा पर पता नहीं परिवार नूं जां मापिआं नूं जो उहनां दे मन विच रीझां सी परमात्मा नूं की मंजूर सी कि भाणा जिहड़ा वापर गिआ ਇਹ ਤਾਂ ਉਹ ਗੱਲ ਹੋਈ ਆ ਜਿਵੇਂ ਕਹਿੰਦੇ ਵੀ ਦਰਿਆਵੇ ਕੰਨੇ ਬੰਗਲਾ ਬੈਠਾ ਕੇਲ ਕਰਨ ਦੇ ਹੰਸ ਨੂੰ ਚਿੰਤੇ ਵਾਜਪੇ ਅਤੇ ਸਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤੇ ਨਾ ਚੇਤੇ ਸਨ ਗੁਆਲ ਸੋ ਗਾਲੀ ਰੱਬ ਗਈਆਂ ਇਹ ਉਹ ਗੱਲ ਹੋਈ ਆ ਇੱਥੇ ਪਰਿਵਾਰ ਦੇ ਨਾਲ ਵੀ ਜਿਸ ਗੱਲ ਦਾ ਕੋਈ ਚੇਤ ਚੇਤਾ ਹੀ ਨਹੀਂ ਹੈਗਾ ਉਹ ਭਾਣਾ ਵੇਖੋ ਉਹ ਗਰਾਊਂਡ ਦੇ ਵਿੱਚ ਜਿਹੜਾ ਵਾਪਰ ਗਿਆ ਜਿਹੜੀ ਬਹੁਤ ਦੁੱਖਦਾਈ ਜਿਹੜਾ ਸਮਾਂ ਜਿਹੜਾ ਵੇਖਣ ਨੂੰ ਮਿਲਿਆ ਸਾਨੂੰ ਕਿਉਂਕਿ ਸਾਡੇ ਕੋਲ ਵੀ ਰਾਤ ਸਮਾਂ ਜਿਹੜਾ ਵੇਖਿਆ ਮਾਪਿਆਂ ਰੋਂਦਿਆਂ ਜਿਹੜਾ ਸਾਡੇ ਕੋਲ ਵੇਖਿਆ ਨਹੀਂ ਜਾਂਦਾ ਹੁਣ ਵੀ ਆਪਾਂ ਗੱਲ ਕਰਦੇ ਹਾਂ ਤਾਂ ਸਾਡਾ ਗੱਚ ਜਿਹੜਾ ਉਹ ਭਰ ਉੱਠਦਾ ਕਿਉਂਕਿ ਬਹੁਤ ਦੁੱਖਦਾਈ ਜਿਹੜੀ ਹੈ ਖਬਰ ਆ ਸੋ ਜਿੱਥੇ ਸਾਨੂੰ ਪਰਿਵਾਰ ਨੂੰ ਘਾਟਾ ਪਿਆ ਪਿੰਡ ਵਾਸੀਆਂ ਨੂੰ ਘਾਟਾ ਪਿਆ ਵਾ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਕਿਉਂਕਿ ਇਸ ਗੱਲ ਦਾ ਘਾਟਾ ਵਾ ਕਿਉਂਕਿ ਕਿਤੇ ਬਾਹਰ ਜਾਂਦੇ ਖੇਡਣ ਵਾਸਤੇ ਜਾਂਦੇ ਸਾਡੇ ਇੰਡੀਆ ਦਾ ਨਾਂ ਰੋਸ਼ਨ ਸੀ ਪੰਜਾਬ ਦਾ ਨਾਂ ਰੋਸ਼ਨ ਹੁੰਦਾ ਸੀ ਪਰਿਵਾਰ ਦਾ ਨਾਂ ਰੋਸ਼ਨ ਹੁੰਦਾ ਸੀ ਪਿੰਡਾਂ ਦਾ ਨਾਂ ਰੋਸ਼ਨ ਹੁੰਦਾ ਸੀ ਇਹੋ ਜਿਹੇ ਖਿਡਾਰੀ ਜਿਹੜੇ ਆ ਬੜੀ ਮੁਸ਼ਕਲ ਦੇ ਨਾਲ ਮਿਲਦੇ ਆ ਜੀ ਬਿਲਕੁਲ ਜੀ ਪਿੰਡ ਵਾਸੀ ਸੀ ਜਿਨ੍ਹਾਂ ਨੇ ਵੀ ਦੱਸਿਆ ਕਿ ਖਿਡਾਰੀ ਜਿਹੜੇ ਨੇ ਬੜੀਆਂ ਮਿਹਨਤਾਂ ਕਰਕੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਪੈਦਾ ਹੁੰਦੇ ਨੇ ਅਤੇ ਬਣਦੇ ਨੇ ਸੋ ਇਸੇ ਤਰ੍ਹਾਂ ਪਿੰਡ ਦੇ ਵਿੱਚੋਂ ਗੁਰਦਾਸਪੁਰ ਜ਼ਿਲ੍ਹੇ ਦਾ ਖਿਡਾਰੀ ਸੀ ਅਮਰਪ੍ਰੀਤ ਸਿੰਘ ਜਿਹੜਾ ਜਿਸ ਦੀ ਮੌਤ ਹੋ ਜਾਂਦੀ ਹੈ ਦੁਰਘਟਨਾ ਦੇ ਦੌਰਾਨ ਉੱਥੇ ਖੇਡਦੇ ਖੇਡਦੇ ਤਾਂ ਕਿਤੇ ਨਾ ਕਿਤੇ ਜਿੱਥੇ ਪਰਿਵਾਰ ਨੂੰ ਘਾਟਾ ਵਾ ਉੱਥੇ ਨਾਲ ਦੀ ਨਾਲ ਪੂਰੇ ਦੇਸ਼ ਨੂੰ ਪੰਜਾਬ ਨੂੰ ਵੀ ਘਾਟਾ ਵਾ ਕਿਉਂਕਿ ਖਿਡਾਰੀ ਅੱਜ ਦੇ ਦੌਰ 'ਚ ਜਿਸ ਤਰ੍ਹਾਂ ਨਸ਼ਿਆਂ ਦਾ ਦੌਰ ਚੱਲਦਾ ਵਾ ਉਹਨਾਂ ਦੇ ਵਿੱਚੋਂ ਉੱਭਰ ਕੇ ਖਿਡਾਰੀ ਬਾਹਰ ਨਿਕਲਣਾ ਉਸ ਚੀਜ਼ ਤੋਂ ਹਟ ਕੇ ਨਾਲ ਦੀ ਨਾਲ ਲੋਕਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਖੇਡ ਦੇ ਨਾਲ ਜੋੜਨਾ ਇੱਕ ਬੜਾ ਵੱਡਾ ਪਿੰਡ ਨੂੰ ਵੀ ਘਾਟਾ ਵਾ ਕੈਮਰਾਮੈਨ ਬੰਟੀ ਦੇ ਨਾਲ ਜਤਿੰਦਰ ਕੁੰਡਾ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ